ਵੀਰਵਾਰ ਸਵੇਰੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਖਿਲਾਫ ਵਿਸ਼ੇਸ਼ ਫੌਜੀ ਕਾਰਵਾਈ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਰੂਸੀ ਫੌਜ ਯੂਕਰੇਨ ਵੱਲ ਵਧਣ ਲੱਗੀ। ਰੂਸ ਅਤੇ ਯੂਕਰੇਨ ਦੇ ਵਿਚਾਲੇ ਇਸ ਸਮੇਂ ਹਾਲਾਤ ਕਾਫੀ ਅਸਪਸ਼ਟ ਨੇ ਅਤੇ ਹਾਲਾਤ ਤੇਜ਼ੀ ਨਾਲ ਬਦਲ ਰਹੇ ਨੇ। ਇੱਕ ਨਜ਼ਰ ਉਹਨਾਂ ਘਟਨਾਵਾਂ 'ਤੇ ਜੋ ਹੁਣ ਤੱਕ ਵਾਪਰੀਆਂ ਨੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫੌਜੀ ਕਾਰਵਾਈ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਰੂਸੀ ਫੌਜ ਨੇ ਉੱਤਰ, ਪੂਰਬ ਅਤੇ ਦੱਖਣ ਵੱਲੋਂ ਯੂਕਰੇਨ ਵਿੱਚ ਵੜਨਾ ਸ਼ੁਰੂ ਕਰ ਦਿੱਤਾ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਰੂਸ ਦੇ ਹਮਲੇ ਦੇ ਪਹਿਲੇ ਦਿਨ ਵੀਰਵਾਰ ਨੂੰ ਯੂਕਰੇਨ ਵਿੱਚ ਫੌਜੀਆਂ ਅਤੇ ਆਮ ਨਾਗਰਿਕਾਂ ਸਣੇ 137 ਲੋਕਾਂ ਦੀ ਮੌਤ ਹੋਈ ਹੈ। ਚਰਨੋਬਿਲ ਨਿਊਕਲੀਅਰ ਪਲਾਂਟ 'ਤੇ ਰੂਸੀ ਫੌਜੀਆਂ ਦਾ ਕਬਜ਼ਾ ਹੋ ਗਿਆ। IAEA ਨੇ ਕਿਹਾ ਕਿ ਪਰਮਾਣੂ ਟਿਕਾਣਿਆਂ ਦੀ ਸੁਰੱਖਿਆ ਨੂੰ ਲੈ ਕੇ ਹੋਰ ਵੀ ਸੰਜਮ ਵਰਤਣ ਦੀ ਲੋੜ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਉਹਨਾਂ ਨੂੰ ਖਤਮ ਕਰ ਦੇਣਾ ਚਾਹੁੰਦੇ ਨੇ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਦੂਜੇ ਇਲਾਕਿਆਂ ਤੋਂ ਲੋਕ ਹਿਜਰਤ ਕਰ ਰਹੇ ਨੇ। ਹੁਣ ਤੱਕ 1,00,000 ਲੋਕਾਂ ਦਾ ਉਜਾੜਾ ਹੋ ਚੁੱਕਾ ਹੈ। ਅਮਰੀਕਾ, ਬ੍ਰਿਟੇਨ ਅਤੇ ਹੋਰ ਪੱਛਮੀ ਦੇਸ਼ਾਂ ਵੱਲੋਂ ਰੂਸ 'ਤੇ ਕਈ ਰੋਕਾਂ ਲਗਾਈਆਂ ਗਈਆਂ ਨੇ। ਅਮਰੀਕਾ ਅਤੇ ਬ੍ਰਿਟੇਨ ਨੇ ਰੂਸ ਦੀ ਮਦਦ ਕਰਨ ਦੇ ਲਈ ਬੇਲਾਰੂਸ 'ਤੇ ਵੀ ਕਈ ਰੋਕਾਂ ਲਗਾਈਆਂ ਨੇ। ਹਾਲਾਂਕਿ ਇਹ ਦੇਸ਼ ਆਪਣੀਆਂ ਫੌਜਾਂ ਯੂਕਰੇਨ ਨਹੀਂ ਭੇਜਣਗੇ। ਯੂਕਰੇਨ 'ਤੇ ਰੂਸ ਦੇ ਹੋਏ ਹਮਲੇ ਦੇ ਮਗਰੋਂ ਰੂਸ ਦੇ ਕਈ ਸ਼ਹਿਰਾਂ ਵਿੱਚ ਇਸ ਜੰਗ ਦੇ ਖਿਲਾਫ਼ ਪ੍ਰਦਰਸ਼ਨ ਵੀ ਹੋਏ। ਸੈਂਟ ਪੀਟਰਸਬਰਗ ਅਤੇ ਮਾਸਕੋ ਵਿੱਚ ਪੁਲਿਸ ਨੇ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਕਿਹਾ ਕਿ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਉੱਥੋਂ ਸੁਰੱਖਿਅਤ ਕੱਢਣਾ ਉਹਨਾਂ ਦੀ ਪਹਿਲ ਹੈ। ਤੁਹਾਨੂੰ ਦੱਸ ਦਈਏ ਕਿ ਯੂਕਰੇਨ ਵਿੱਚ 20,000 ਤੋਂ ਵੱਧ ਭਾਰਤੀ ਰਹਿੰਦੇ ਨੇ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਦੀ ਵੀ ਹੈ। ਭਾਰਤ ਨੇ ਆਪਣੇ ਅਧਿਕਾਰਤ ਬਿਆਨਾਂ ਵਿੱਚ ਨਾ ਤਾਂ ਰੂਸ ਦੀ ਨਿਖੇਧੀ ਕੀਤੀ ਹੈ ਨਾ ਹੀ ਯੂਕਰੇਨ ਦੀ ਪ੍ਰਭੂਸੱਤਾ ਨੂੰ ਤੈਅ ਕੀਤਾ ਹੈ। ਹਾਲਾਂਕਿ ਇਹ ਭਾਰਤ ਦਾ ਕੋਈ ਨਵਾਂ ਰੁੱਖ ਨਹੀਂ ਹੈ। ਪਹਿਲਾਂ ਦੀਆਂ ਸਰਕਾਰਾਂ ਵਿੱਚ ਵੀ ਰੂਸ ਨੂੰ ਲੈ ਕੇ ਭਾਰਤ ਦੀ ਇਹੀ ਸਥਿਤੀ ਰਹੀ ਹੈ। ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਖਿਲਾਫ਼ ਫੌਜੀ ਕਾਰਵਾਈ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਰੂਸ ਦੀ ਸੁਰੱਖਿਆ ਦੇ ਲਈ ਉਨ੍ਹਾਂ ਦੇ ਕੋਲ ਹੋਰ ਕੋਈ ਬਦਲ ਨਹੀਂ ਸੀ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਕਹਿ ਚੁੱਕੇ ਨੇ ਕਿ ਪੁਤਿਨ ਦੇ ਫੈਸਲੇ ਦੀ ਕੀਮਤ ਰੂਸ ਨੂੰ ਚੁਕਾਉਣੀ ਹੋਏਗੀ। ਤੁਹਾਨੂੰ ਦੱਸ ਦਈਏ ਕਿ ਰੂਸ ਵੱਲੋਂ ਇਹ ਕਾਰਵਾਈ ਪੁਤਿਨ ਦੇ ਮਿੰਸਕ ਸ਼ਾਂਤੀ ਸਮਝੌਤੇ ਨੂੰ ਖਤਮ ਕਰਨ ਅਤੇ ਯੂਕਰੇਨ ਦੇ ਦੋ ਵੱਖਵਾਦੀ ਖੇਤਰਾਂ ਵਿੱਚ ਫੌਜ ਭੇਜਣ ਦੇ ਐਲਾਨ ਤੋਂ ਬਾਅਦ ਕੀਤੀ ਗਈ। ਰੂਸ ਵੱਲੋਂ ਇਹਨਾਂ ਸੂਬਿਆਂ ਵਿੱਚ ਫੌਜ ਭੇਜਣ ਦੀ ਵਜ੍ਹਾ ਸ਼ਾਂਤੀ ਕਾਇਮ ਕਰਨਾ ਦੱਸਿਆ ਗਿਆ ਹੈ। ਰੂਸ ਨੇ ਹਾਲ ਦੇ ਮਹੀਨਿਆਂ ਵਿੱਚ ਯੂਕਰੇਨ ਬਾਰਡਰ ਦੇ ਕੋਲ ਤਕਰੀਬਨ 2,00,000 ਫੌਜੀਆਂ ਨੂੰ ਤੈਨਾਤ ਕੀਤਾ ਹੋਇਆ ਸੀ, ਜਿਸ ਤੋਂ ਬਾਅਦ ਯੂਕਰੇਨ 'ਤੇ ਹਮਲੇ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ। 8 ਸਾਲ ਪਹਿਲਾਂ ਯਾਨੀ 2014 ਵਿੱਚ ਜਦੋਂ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ ਸੀ, ਉਸ ਵੇਲੇ ਰੂਸ ਸਮਰਥਿਤ ਵਿਦਰੋਹੀਆਂ ਨੇ ਦੇਸ਼ ਦੇ ਪੂਰਵੀ ਹਿੱਸੇ ਵਿੱਚ ਇੱਕ ਵੱਡੇ ਇਲਾਕੇ 'ਤੇ ਕਬਜ਼ਾ ਕੀਤਾ ਹੋਇਆ ਸੀ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਇਹਨਾਂ ਵਿਦਰੋਹੀਆਂ ਦੀ ਯੂਕਰੇਨ ਦੀ ਫੌਜ ਨਾਲ ਲਗਾਤਾਰ ਭਿੜੰਤ ਜਾਰੀ ਹੈ। ਦੋਹਾਂ ਦੇਸ਼ਾਂ ਦੇ ਵਿਚਾਲੇ ਟਕਰਾਅ ਟਾਲਣ ਦੇ ਲਈ ਮਿੰਸਕ ਦਾ ਸ਼ਾਂਤੀ ਸਮਝੌਤਾ ਹੋਇਆ ਸੀ, ਪਰ ਉਸ ਤੋਂ ਬਾਅਦ ਵੀ ਟਕਰਾਅ ਖਤਮ ਨਹੀਂ ਹੋਇਆ। ਪੁਤਿਨ ਦਾ ਤਰਕ ਹੈ ਕਿ ਇਸੇ ਵਜ੍ਹਾ ਨਾਲ ਉਹ ਫੌਜ ਭੇਜਣ ਨੂੰ ਮਜਬੂਰ ਨੇ।